ਹੈਲੋ ਗਾਇਸ, ਅਸੀਂ ਮੈਂ ਤੁਹਾਨੂੰ ਬਾਈ ਯੂਟਿਊਬ ਚੈਨਲ 'ਤੇ ਮੈਂ ਤੁਹਾਡਾ ਆਪਣਾ ਦੋਸਤ ਚਰਨਜੀਤ ਸਿੰਘ ਅਤੇ ਹੋਰ ਸਾਹਿਬ ਦੋਸਤੋ, ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਗੇ। ਆਪਾਂ ਵੀ ਠੀਕ ਠਾਕ ਆ, ਥੋੜ੍ਹਾ ਜਿਹਾ ਜ਼ੁਕਾਮ ਜਿਹਾ ਆਏਗਾ, ਚਲੋ ਕੋਈ ਗੱਲ ਨਹੀਂ, ਸਿਰ ਪੀੜ ਹੋ ਰਹੀ ਆ। ਅਤੇ ਰਾਤ ਨੂੰ ਬਾਰਿਸ਼ ਦੇ ਮੌਸਮ ਦੇ ਕਰਕੇ ਮੈਂ ਬਹੁਤ ਭਿੱਜ ਗਿਆ ਸੀ ਬਾਹਰੋਂ ਆਉਂਦੇ ਆਉਂਦੇ, ਅਤੇ ਸੋ ਗਾਇਸ ਇਸ ਵਾਸਤੇ ਨਾ ਮੈਂ ਥੋੜ੍ਹਾ ਜਿਹਾ ਠੀਕ ਜਿਹਾ ਨਹੀਂ ਹੈਗਾ, ਅਤੇ ਚਲੋ ਪਰ ਫਿਰ ਵੀ ਤੁਹਾਡਾ ਜਿਹੜਾ ਪਿਆਰ ਆ ਮੈਨੂੰ ਖਲੋਣ ਨਹੀਂ ਦਿੰਦਾ। ਅਤੇ ਸੋ ਗਾਇਸ ਆਪਾਂ ਅੱਜ ਬਣਾ ਰਹੇ ਜੀ ਮੂਲੀ ਵਾਲੇ ਪਰੌਂਠੇ, ਅਤੇ ਦੇਖਦੇ ਹਾਂ ਜੀ ਮੂਲੀ ਵਾਲੇ ਪਰੌਂਠੇ ਦੀ ਕੀ ਰੈਸਿਪੀ ਆ। ਅਤੇ ਸੋ ਗਾਇਸ ਆਓ ਜਿਹੜੀ ਵੇਟ, ਅਤੇ ਦੋਸਤੋ ਇਹ ਹੈਗੀਆਂ ਜੀ ਮੂਲੀਆਂ, ਇਹਨਾਂ ਨੂੰ ਅਸੀਂ ਰਗੜ ਕੇ ਨਿਚੋੜ ਲਿਆ ਮੂਲੀਆਂ ਨੂੰ, ਅਤੇ ਮੂਲੀਆਂ ਨਿਚੋੜ ਕੇ ਪਾਣੀ ਜਿਹੜਾ ਵੱਖਰਾ ਕੱਢ ਲਿਆ ਮੂਲੀਆਂ। ਮੂਲੀਆਂ ਸਿਰਫ ਚਾਹੀਦੀਆਂ ਸਾਨੂੰ ਸੁੱਕੀਆਂ ਸੁੱਕੀਆਂ ਮੂਲੀਆਂ, ਅਤੇ ਹੁਣ ਇਹਦੇ 'ਚ ਪਾਵਾਂਗੇ ਜੀ ਮੂਲੀਆਂ ਦੇ ਥੋੜ੍ਹੇ ਜਿਹੇ ਪੱਤੇ, ਅਤੇ ਥੋੜ੍ਹੇ ਜਿਹੇ ਪੱਤੇ, ਅਤੇ ਇਹਨਾਂ ਨੂੰ ਅਸੀਂ ਦੇਣਾਗੇ ਦੋਵਾਂ ਨੂੰ ਮਿਕਸ, ਅਤੇ ਧਨੀਆ ਪੱਤਾ ਵੀ ਵਿੱਚ ਪਾਇਆ ਆ, ਅਤੇ ਥੋੜ੍ਹਾ ਜਿਹਾ ਪੂਤਨਾ ਵੀ ਪਾਇਆ ਵਿੱਚ, ਜਿਹਦੇ ਕਰਕੇ ਪੂਤਨੇ ਦਾ ਵੀ ਸਵਾਦ ਆਏਗਾ। ਅਤੇ ਹੁਣ ਇਸ ਤੋਂ ਬਾਅਦ ਇਹ ਪੈ ਰਹੇ ਜੀ ਅਤੇ ਹੁਣ ਗਰਮ ਮਸਾਲਾ, ਅਤੇ ਇਹ ਪਾਵਾਂਗੇ ਜੀ ਹੁਣ ਇਹਦੇ ਵਿੱਚ ਸਵਾਦ ਅਨੁਸਾਰ ਨਮਕ, ਇਹ ਪੈ ਗਿਆ ਜੀ ਨਮਕ, ਅਤੇ ਇਹ ਪਾਤੀ ਵਿੱਚ ਥੋੜ੍ਹੀ ਜਿਹੀ ਲਾਲ ਮਿਰਚ, ਅਤੇ ਇਹਨੂੰ ਹੁਣ ਦੋਸਤੋ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ। ਅਤੇ ਇਹ ਦੋਸਤੋ ਹੋ ਚੁੱਕੀ ਹੈ ਜੀ ਮਿਕਸ, ਅਤੇ ਪਕਾ ਲਈਏ ਜੀ ਇੱਕ ਬੰਨੇ ਅਸੀਂ ਗੈਸ, ਤਾਂ ਉੱਤੇ ਰੱਖਤਾ ਜੀ ਹੁਣ ਤਵਾ, ਤਵਾ ਰੱਖਤਾ ਜੀ ਇਹਦੇ, ਇਹ ਆਪਾਂ ਨੇ ਕੀ ਕੀਤਾ ਹੈ ਕਿ ਇਸ ਦੇ ਵਿੱਚ ਨਾ ਆਪਾਂ ਨੇ ਦੋ ਪੇੜੇ ਜਿਹੜੇ ਉਹ ਵੇਲਣੇ ਨੇ, ਇੱਕ ਪੇੜਾ ਆਇਆ ਹੋਇਆ ਜੀ, ਅਤੇ ਇਹਦੇ ਵਿੱਚ ਪਾ ਦਈ ਆਪਾਂ ਨੇ ਮੂਲੀਆਂ, ਅਤੇ ਇੱਕ ਪੇੜਾ ਜਿਹੜਾ ਉਹ ਖਰਾ ਕੱਢ ਕੇ ਰੱਖਿਆ ਸੀ ਜਿਹੜਾ ਪਹਿਲੇ ਵੇਲ ਵੇਲ ਲਿਆ ਸੀਗਾ, ਅਤੇ ਆ ਗਿਆ ਜੀ ਹੁਣ ਦੂਸਰਾ ਪੇੜਾ, ਅਤੇ ਇਹਨੂੰ ਹੁਣ ਢੱਕ ਦੇਣਾ ਇਹਦੇ ਨਾਲ ਦੂਸਰੇ ਪੇੜ ਨਾਲ, ਚੰਗੀ ਤਰ੍ਹਾਂ ਚਾਰੋਂ ਬੰਨੇ ਜਿਹੜਾ ਚੰਗੀ ਤਰ੍ਹਾਂ ਬੰਦ ਕਰ ਦੇਣਾ, ਚਾਰੋਂ ਬੰਨੇ ਚੰਗੀ ਤਰ੍ਹਾਂ ਬੰਦ ਕਰ ਦੇਣਾ, ਅਤੇ ਹੁਣ ਦੇਣਾ ਜੀ ਵੇਲ, ਆ ਵੇਲ ਤਾ ਜੀ ਇਹ ਜੀ ਹੁਣ ਤਵਾ ਹੋ ਚੁੱਕਿਆ ਜੀ ਗਰਮ, ਅਤੇ ਵੇਲ ਕੇ ਆ ਪਾਤਾ ਜੀ ਤਵੇ 'ਤੇ, ਅਤੇ ਜੀ ਹੁਣ ਮਗਰ ਮਗਰ ਹੀ ਦੂਸਰੇ ਪਰੌਂਠੇ ਦੀ ਵੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਜੀ, ਅਤੇ ਦੇਖ ਹੀ ਸਕਦੇ ਹੋ ਫਿਰ ਉਹੀ ਪ੍ਰੋਸੈਸ ਉਹੀ ਤਰੀਕੇ ਦੇ ਨਾਲ, ਇੱਕ ਪੇੜਾ ਥੱਲੇ ਇੱਕ ਪੇੜਾ ਉੱਤੇ ਕਰਕੇ ਵਿੱਚ ਮੂਲੀਆਂ ਭਰ ਕੇ, ਅਤੇ ਇਹਨੂੰ ਫਿਰ ਜੋ ਹੈ ਥੱਲੇ ਆ ਮਾੜਾ ਜਿਹਾ ਆਟੇ ਦਾ ਧੂੜਾ ਲਾਉਣਾ ਛਿੱਕੇ ਨਾਲ,
ਤਿਆਰ ਹੋ ਚੁੱਕਿਆ ਜੀ, ਦੂਸਰੇ ਬੰਨੇ ਪਰੌਂਠਾ ਜਿਹੜਾ ਸਾਡਾ ਤਿਆਰ ਹੋ ਚੁੱਕਿਆ, ਦੇਖ ਹੀ ਸਕਦੇ ਹੋ ਗਾਈਸ ਇਹ ਲੱਗਣ ਲੱਗਾ ਜੀ ਉੱਤੇ ਹੁਣ ਦੇਖ ਕੇ ਉਹ ਲੋ ਜੀ ਦੋਵੇਂ ਪਾਸੇ ਜਿਹੜੇ ਸੇਕ ਲੱਗ ਚੁੱਕਿਆ ਅਤੇ ਸੋ ਗਾਈਸ ਲੋ ਗਾਈਸ ਸਾਡੀ ਜਿਹੜੀ ਰੋਟੀ ਹੈ ਤਿਆਰ ਹੋ ਚੁੱਕੀ ਹੈ ਅਤੇ ਆਪਣਾ ਬਹੁਤ ਵਧੀਆ ਲੱਗ ਰਿਹਾ ਹੈ ਚਖਾਲੀ ਆ ਅਤੇ ਆਪਣੇ ਖਾ ਕੇ ਵੇਖਣੇ ਜੀ ਅੱਜ ਮੂਲੀ ਵਾਲੇ ਪਰੌਂਠੇ ਬਹੁਤ ਦਿਨਾਂ ਬਾਅਦ ਬਣਾਏ ਆ ਅਤੇ ਮੂੰਹ 'ਚ ਵੀ ਪਾਣੀ ਬਹੁਤ ਆ ਰਿਹਾ ਅਤੇ ਸੋ ਗਾਈਸ ਕਾਫੀ ਟੇਸਟ ਹੈ ਜੀ, ਬਹੁਤ ਵਧੀਆ ਟੇਸਟ ਅੱਜ ਕੋਈ ਗਲਤੀ ਹੋ ਗਈ ਸਾਡੇ ਕੋਲ ਜਿਹੜਾ ਅਸੀਂ ਦਹੀਂ ਨਹੀਂ ਲਿਆ ਨਾਲ ਕੋਈ ਦਹੀਂ ਹੋ ਜੇ ਅਤੇ ਬਹੁਤ ਵਧੀਆ ਲੱਗਦਾ ਪਰ ਕੋਈ ਨਹੀਂ ਅਸੀਂ ਘਿਓ ਲਿਆ ਨਾਲ ਅਤੇ ਘਿਓ ਨਾਲ ਹੀ ਖਾ ਰਹੇ ਹਾਂ ਜੀ ਰੋਟੀ ਅਤੇ ਸੋ ਗਾਈਸ ਬਹੁਤ ਵਧੀਆ ਲੱਗਦਾ ਬਹੁਤ ਸੋਹਣੇ ਲੱਗਦੇ ਪਰੌਂਠੇ ਜੀ ਇੱਕ ਵਾਰੀ ਘਰ ਨੂੰ ਜ਼ਰੂਰ ਟਰਾਈ ਕਰਿਓ ਬਲ ਟਰਾਈ ਸਾਰੇ ਕਰਦੇ ਹੁੰਦੇ ਆ ਮੂਲੀ ਵਾਲੇ ਪਰੌਂਠੇ ਪਰ ਇਹਨੂੰ ਟਰਾਈ ਇੱਕ ਵਾਰੀ ਜ਼ਰੂਰ ਕਰਿਓ ਅਤੇ ਬਹੁਤ ਵਧੀਆ ਲੱਗਦਾ ਜੀ ਜਿਹੜੇ ਜਿਹੜੇ ਮੂਲੀ ਵਾਲੇ ਪਰੌਂਠੇ ਬਣਾਉਂਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸੋ ਗਾਈਸ ਬਹੁਤ ਵਧੀਆ ਬਹੁਤ ਸਵਾਦ ਲੱਗਦਾ ਜੀ ਵੇ ਚਲੋ ਮੈਂ ਖਾਵਾਂ ਜੀ ਹੁਣ 19 ਤੱਕ ਪਰਾਂਠੇ ਅਤੇ ਤੁਸੀਂ ਦਿਓ ਮੈਨੂੰ ਇਜਾਜ਼ਤ ਅਤੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ 'ਤੇ ਓਕੇ ਬਾਏ ਗਾਈਜ਼।